ਖਾ ਰਹੇ ਹਾਂ ਪੈਟੀ ਤਾਂ ਆ ਜੀ ਸੀਗੇ ਸਮਾਰਟ ਬਾਜ਼ਾਰ ਸਿਮਰ ਵੀ ਨਾਲ ਫਿਰ ਤੋਂ ਸਵਾਲ ਜੱਟ ਬ੍ਰੈਂਡ ਦੀ ਝੈਣ ਜੀ ਵਲੋਦ ਦੇ ਵਿੱਚ ਇਹ ਹੈ ਜੀ ਡੇ 47 ਵਲੋਦ ਦਾ ਅਤੇ ਹੁਣ ਅਸੀਂ ਚੱਲੇ ਸੀਗੇ ਸਮਾਰਟ ਬਾਜ਼ਾਰ ਇੱਥੇ ਆਪਾਂ ਨੇ ਘੁੰਮਣ ਚੱਲੇ ਸੀਗੇ ਅਤੇ ਹੁਣ ਤੁਸੀਂ ਦੇਖੋ ਸਮਾਰਟ ਬਾਜ਼ਾਰ 'ਤੇ ਆਪਾਂ ਹੋਰ ਜਗ੍ਹਾ 'ਤੇ ਵੀ ਚੱਲਦੇ ਹਾਂ ਤਾਂ ਤੁਸੀਂ ਉਹ ਵੀ ਦੇਖੋ ਤਾਂ ਹੁਣ ਅਸੀਂ ਚੱਲਦੇ ਹਾਂ ਤਾਂ ਦੇਖੋ ਤੁਸੀਂ ਤਾਂ ਹੁਣ ਤੁਹਾਨੂੰ ਉੱਥੇ ਜਾਣ ਤੋਂ ਬਾਅਦ ਹੀ ਮਿਲਦੇ ਹਾਂ ਅਸੀਂ ਆ ਜੀ ਸੀਗੇ ਸਮਾਰਟ ਬਾਜ਼ਾਰ ਸਿਮਰ ਵੀ ਨਾਲ ਤਾਂ ਹੁਣ ਅਸੀਂ ਚੱਲਦੇ ਹਾਂ ਅੰਦਰ ਤਾਂ ਚਲੋ ਕੀ ਹੋ ਗਿਆ ਸੀ ਮੇਰੇ ਨਜ਼ਾਰਾ ਨਹੀਂ ਆ ਗਿਆ ਹੁਣ ਅਸੀਂ ਚੱਲੇ ਹਾਂ ਹੁਣ ਅਸੀਂ ਆਏ ਸੀ ਜੀ ਉੱਪਰ ਫਰੋਲ 'ਚ ਤਾਂ ਤੁਸੀਂ ਆਹ ਦੇਖੋ ਉੱਪਰ ਕੱਪੜੇ ਹੀ ਪਈਆਂ ਜ਼ਿਆਦਾ ਤਾਂ ਦੇਖੋ ਬਾਕੀ ਇੱਧਰ ਆਪਣੇ ਹੋਰ ਸਮਾਨ ਆਹ ਜਿੱਥੇ ਪੜੀ ਜਾਂਦੇ ਇੱਥੇ ਜੀ ਆਹ ਇੱਥੇ ਆਏ ਸੀਗੇ ਅਤੇ ਹੁਣ ਅਸੀਂ ਆਹ ਲਿੱਤੀ ਕੋਲਡ ਕਾਫੀ ਇਹਨੇ ਕੋਲਡ ਕਾਫੀ ਲਿੱਤੀ ਆ ਮੈਂ ਲਿੱਤੀ ਆ ਮਿਲਕ ਸ਼ੇਕ ਦਾ ਆਪਣਾ ਚੋਕਲੇਟ ਵਾਲਿਆ ਅਤੇ ਹੁਣ ਅਸੀਂ ਘੁੰਮਦੇ ਫਿਰਦੇ ਹਾਂ ਅਤੇ ਹੁਣ ਅਸੀਂ ਚੱਲੇ ਹੋਏ ਸੀ ਅਸੀਂ ਖਾਣ ਲੱਗੇ ਹੋਏ ਸੀ ਸਾਰੇ ਅਤੇ ਹੁਣ ਬੱਦਲ ਚੈੱਕ ਕਰੋ ਤੁਸੀਂ ਕਿੰਨਾ ਆ ਗਿਆ ਅਸੀਂ ਚੱਲੇ ਹਾਂ ਸਿੱਧਾ ਘਰ ਆਪਾਂ ਨੇ ਪੈਟੀਆਂ ਲੈ ਲਈਆਂ ਉਹ ਪਨੀਰ ਪੈਟੀ ਲੈ ਲਈ ਹੈ ਤਾਂ ਅਸੀਂ ਨੇ ਹੋਰ ਵੀ ਕੁਝ ਲੈਣਾ ਸੀ ਨੇੜੇ ਜਿੰਨੀ ਜ਼ਿਆਦਾ ਬੱਦਲ ਪੂਰਾ ਖਾਲੀ ਚੱਲ ਹੋਇਆ ਪਿਆ ਦੇਖੋ ਤੁਸੀਂ ਅਤੇ ਹੁਣ ਅਸੀਂ ਚੱਲੇ ਹਾਂ ਬਸ ਘਰ ਨਹੀਂ ਤਾਂ ਅਸੀਂ ਅੱਗੇ ਵੀ ਜਾਣਾ ਸੀਗਾ ਤਾਂ ਹੁਣ ਪਹਿਲਾਂ ਅਸੀਂ ਚੱਲਦੇ ਘਰ ਖਾ ਰਹੇ ਹਾਂ ਪੈਟੀ ਤਾਂ ਦੇਖੋ ਤੁਸੀਂ ਪਨੀਰ ਵਾਲੀ ਪੈਟੀ ਹੁਣ ਮੈਂ ਖਾਣ ਲੱਗੇ ਹੋਇਆ ਬਾਹਰ ਤਾਂ ਹਨੇਰੀ ਬਹੁਤ ਚੱਲਦੀ ਆ ਤਾਂ ਪੜਦੇ ਪੁੜਦੇ ਲਾਤੀਆਂ ਆਹ ਦੇਖੋ ਇਸ ਹਵਾ ਨਾਲ ਕਿੰਨੇ ਆਹ ਵਧੀਆ ਲੱਗਦੇ ਖੇਡਣ ਲੱਗੇ ਹਾਂ ਵੋਲੀਬਾਲ ਅਤੇ ਸਿਮਰ ਆਪਣਾ ਉੱਧਰ ਆ ਗਿਆ ਹੈ ਤਾਂ ਹੁਣ ਅਸੀਂ ਇਹ ਖੇਡਦੇ ਹਾਂ ਪੀਣ ਚੱਲੇ ਹਾਂ ਬਨਾਨਾ ਸ਼ੇਕ ਨਾਲ ਟੀ ਵੀ ਦੇਖਦੇ ਹਾਂ ਗਾਈਸ ਹੁਣ ਮੈਂ ਵੋਲੀਬਾਲ ਆਪਣੀ ਖੇਡਿਆ ਸੀਗਾ ਅਤੇ ਹੁਣ ਮੈਂ ਘਰ ਆ ਗਿਆ ਸੀ ਅਤੇ ਮੈਂ ਨਹਾ ਲਿਆ ਸੀਗਾ ਆਹ ਸੀਗਾ ਜਿਹੜਾ ਵਲੋਗ ਜੇ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਇਆ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਅਤੇ ਅੱਗੇ ਤੋਂ ਮੇਰੀ ਹੋਰ ਇਹੋ ਜਿਹੀ ਵੀਡੀਓ ਦੇਖਣੀ ਚੈਨਲ ਨੂੰ ਤਾਂ ਸਬਸਕ੍ਰਾਈਬ ਤਾਂ ਮਿਲਦੇ ਹੁਣ ਨੈਕਸਟ ਵਲੋਗ ਤੱਕ ਤੇਰੀ ਥੈਂਕਸ ਫੋਰ ਵਾਚਿੰਗ